ਪਰਮਜੀਤ ਸਰਨਾ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਸਰਨਾ ਸਾਹਿਬ ਸਾਡੇ ਨਾਲ ਨੇ। ਸਰਨਾ ਸਾਹਿਬ ਕਿਉਂ ਰੋਕ ਦਿੱਤਾ ਗਿਆ, ਕੀ ਗੱਲ ਹੋਈ ਹੈ? ਮੈਂ ਤਾਂ ਹੈਰਾਨ ਹਾਂ, ਜਿਸ ਵਕਤ ਮੈਂ ਇਮੀਗ੍ਰੇਸ਼ਨ, ਪਹਿਲੇ ਤਾਂ ਮੈਂ ਨਹੀਂ ਗਿਆ, ਜਿਸ ਵਕਤ ਮੈਂ ਇਮੀਗ੍ਰੇਸ਼ਨ ਕਰਨ ਗਿਆ ਅਤੇ ਜਿਹੜੇ ਅਫਸਰ ਸਨ ਉਹਨਾਂ ਨੇ ਮੈਨੂੰ ਕਿਹਾ ਜੀ ਮੈਨੂੰ ਬੜੇ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਮੈਂ ਤੁਹਾਡੇ, ਮੈਨੂੰ ਦਿੱਲੀ ਤੋਂ ਮੈਸੇਜ ਆਇਆ ਕਿ ਸਰਨੇ ਨੂੰ ਨਹੀਂ ਜਾਣ ਦੇਣਾ, ਉਹਦੇ ਖਿਲਾਫ਼ ਇਹ ਕੇਸ ਹੈਗੇ। ਪੀ ਕੇ ਮਿਸ਼ਰਾ DCP ਨੇ ਉਹਨਾਂ ਨੂੰ ਨੋਟਿਸ ਦਿੱਤਾ ਹੈ, FIR ਨੰਬਰ 6/12/18/2012 ਦੀ। 2012 7 ਸਾਲਾਂ ਦੇ ਵਿੱਚ ਇਹ ਮੇਰੇ ਖਿਲਾਫ਼ ਚਲਾਨ ਨਹੀਂ ਪੇਸ਼ ਕਰ ਸਕੇ, 7 ਸਾਲਾਂ ਦੇ ਵਿੱਚ ਮੇਰੇ ਖਿਲਾਫ਼ ਚਲਾਨ ਨਹੀਂ ਪੇਸ਼ ਕਰਦੇ ਤਾਂ ਕੇਸ ਕੀ ਹੋਇਆ? ਤੁਸੀਂ ਚਲਾਨ ਪੇਸ਼ ਕੀਤਾ, 7 ਸਾਲ ਤੁਸੀਂ ਕੀ ਕਰਦੇ ਰਹੇ ਹੋ? ਫਿਰ ਅਸੀਂ ਪੁੱਛਿਆ, ਕਹਿੰਦੇ ਨਹੀਂ ਅਸੀਂ ਕਲੋਜ਼ਰ ਰਿਪੋਰਟ ਭੇਜੀ ਹੋਈ ਹੈ। ਔਰ ਮੈਨੂੰ ਇਹ ਵੀ ਪਤਾ ਹੈ ਇਹਨਾਂ ਨੇ ਕਿਹਾ ਕਿਸੇ ਤਰੀਕੇ ਕਲੋਜ਼ਰ ਰਿਪੋਰਟ ਬੰਦ ਕਰ ਨਾ ਭੇਜੋ, ਤਾਂ ਉਹਨੂੰ ਕਹਿ ਜੀ ਅਗਲੇ ਨੇ ਕੇਸ ਕਰਤਾ ਤਾਂ ਸਾਨੂੰ ਜਵਾਬ ਦੇਣ ਜੋਗਾ ਨਹੀਂ ਹੋਏਗਾ, ਸਾਡੀ ਤਾਂ ਸਰਵਿਸ 'ਤੇ ਦਾਗ ਲੱਗ ਜਾਏਗਾ। ਇੱਥੋਂ ਤੱਕ ਗੱਲਾਂ ਮੈਨੂੰ ਪਤਾ ਨਹੀਂ, ਪਰ ਮੈਂ ਇਹ ਨਹੀਂ ਸਮਝਾ ਬਈ ਇਤਨੀਆਂ ਘਟੀਆਂ ਗੱਲਾਂ ਕਰਨਗੇ। ਹੁਣ ਕਹੋ ਜੀ ਤੁਸੀਂ ਮੋਦੀ ਨੂੰ ਕਹੋ ਕੇਦਾਰਨਾਥ ਤੂੰ ਜਾਵੇਂ ਉੱਥੇ ਮਾਨ ਸਰੋਵਰ ਅਤੇ ਤੁਹਾਨੂੰ ਚਾਈਨਾ ਦੀ ਸਰਕਾਰ ਰੋਕ ਲਏ, ਹੋਰ ਯੂ ਵਿਲ ਫੀਲ, ਹੋਰ ਯੂ ਵਿਲ ਫੀਲ, ਹੋਰ ਅਮਿਤ ਸ਼ਾਹ ਵਿਲ ਫੀਲ। ਤੁਸੀਂ ਸਿੱਖਾਂ ਦਾ ਹੱਕ ਜਾਣਦੇ ਹੋ ਬਈ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕਰਨਾ ਚਾਹ ਸਕੀਏ, ਅਸੀਂ ਸਿੱਖਾਂ ਨੂੰ ਗੁਰਦੁਆਰੇ ਦਰਸ਼ਨ ਕਰਨ ਵਾਸਤੇ ਲਿਜਾ ਨਾ ਸਕੀਏ, ਲਿਜਾਈਏ ਨਹੀਂ? ਸਰਨਾ ਸਾਹਿਬ ਤੁਸੀਂ ਇਸ ਸਮੇਂ ਦੌਰਾਨ ਕਾਫੀ ਵਾਰੀ ਵੀ ਬਾਹਰ ਪਹਿਲਾਂ ਵੀ ਜਾਂਦੇ ਰਹੇ ਹੋ, ਉਦੋਂ ਕਿਉਂ ਨਹੀਂ ਕਦੀ ਰੋਕਿਆ, ਅੱਜ ਹੀ ਕਿਉਂ ਰੋਕਿਆ? ਕਮਾਲ ਕਰਦਾ, ਮੈਂ 15 ਦਿਨ ਪਹਿਲੇ ਆਇਆ ਤੇ ਗਿਆ, ਮੈਂ 8 ਤਰੀਕ ਗਿਆ, 10 ਤਰੀਕ ਨੂੰ ਵਾਪਸ ਆਇਆ, ਸਾਰੇ ਪ੍ਰਬੰਧ ਕਰਕੇ ਆਇਆ। ਔਰ ਉਸ ਤੋਂ ਪਹਿਲੇ ਮੈਂ ਪੂਰਾ ਮਹੀਨਾ ਉਹਦਾ ਨਾ ਕਿ ਬਾਹਰ ਰਿਹਾ ਆਪਣੇ ਬਿਜ਼ਨਸ ਟੂਰ ਦੇ ਉੱਤੇ, ਕਿਸੇ ਰੋਕਿਆ ਨਹੀਂ। ਸਰਨਾ ਸਾਹਿਬ ਕੀ ਲੱਗਦਾ ਤੁਹਾਨੂੰ, ਇਹ ਅਮਿਤ ਸ਼ਾਹ ਮੋਦੀ ਹੋਣਾਂ ਦੀ ਇਹ ਗੇਮ ਹੈ ਕਿ ਜਾਂ ਕਾਲੀ ਚਾਲ ਦੀ ਗੇਮ? ਬਾਦਲਿਆਂ ਦੀ ਹੈ ਜੀ। ਔਰ ਜਿਸ ਤਰ੍ਹਾਂ ਬਰਗਾੜੀ ਕਾਂਡ ਵਿੱਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਇਹ ਦੁਬਾਰਾ ਅੱਜ ਬੱਸ ਨਹੀਂ ਜਾਣ ਦੇ ਰਹੇ, ਸਿੰਘ ਆਪਣੇ ਮੋਢਿਆਂ ਨਾਲ ਪਾਲਕੀ ਲੈ ਕੇ ਕ੍ਰਾਸ ਕਰਨ ਗਏ, ਇਹ ਦੁਬਾਰਾ ਬਰਗਾੜੀ ਹੋਇਆ, ਇਸ ਬਰਗਾੜੀ ਦਾ ਅਸਰ ਸੈਂਟਰ ਦੀ ਸਰਕਾਰ ਤੇ ਵੀ ਪਏਗਾ ਔਰ ਬਾਦਲ ਤੇ ਨਿਫਤੋ ਨਬੂਤ ਹੋ ਜਾਣਗੇ। ਸਰਨਾ ਸਾਹਿਬ ਤੁਸੀਂ ਉਹਨਾਂ ਨੂੰ ਕੀ ਜਵਾਬ ਦਿੱਤਾ ਜਦੋਂ ਇਹ ਕੇਸ ਬਾਰੇ? ਮੈਂ ਕਿਉਂ ਜਵਾਬ ਦਿਆਂ ਉਹਨਾਂ ਨੂੰ? ਉਹ ਕਹਿੰਦੇ ਵੀ ਆਰ ਵੈਰੀ ਸੌਰੀ ਬਟ ਵੀ ਹੈਵ ਇਨਫੋਰਮੇਸ਼ਨ ਫਰਮ ਦਾ ਸੈਂਟਰ। ਬਟ ਜਿਹੜਾ ਇਹ ਕੇਸ ਸੀਗਾ, ਇਹ ਕੇਸ ਦੇ ਤੁਹਾਡੇ ਧਿਆਨ 'ਚ ਸੀਗਾ ਵੈਸੇ ਤੁਹਾਡੇ, ਜਿਹੜਾ ਇਹ ਕੇਸ ਦੀ ਗੱਲ ਕਰ ਰਹੇ ਹੋ? ਜਨਾਬ ਮੈਂ ਕਹਿੰਦਾ ਜੀ ਮੇਰੀ 4 ਵਾਰ ਪਹਿਲੇ ਇੰਸਪੈਕਟਰ, ਫਿਰ ACP, ਫਿਰ DCP ਔਰ ਫਿਰ ਐਡੀਸ਼ਨਲ ਕਮਿਸ਼ਨਰ ਆਫ ਪੁਲਿਸ, ਮੈਨੂੰ ਉਹਨਾਂ ਦਾ ਨਾਂ ਯਾਦ ਨਹੀਂ, ਇਹਨਾਂ ਕੋਲ ਮੈਂ ਗਿਆ, ਦੇ ਆਰ ਸੈਟਿਸਫਾਈਡ। ਫਿਰ ਉਹਨਾਂ ਕਹਿ ਜੀ ਚੱਲਦਾ ਰਿਹਾ, ਚੱਲਦਾ ਗਿਆ, ਇੰਨੀ ਦੇਰ ਨੂੰ ਜਿਹੜਾ ਇੱਕ ਨਿਕਤਾ ਸੀ ਇਹਨਾਂ ਕੋਲ ਬਈ ਮੈਂ ਜਿਹੜਾ ਟੱਚ ਬਣਾਇਆ ਹੈ ਉਹਦੇ ਸ਼ਾਇਦ ਮੈਂ ਬੇਈਮਾਨੀ ਕੀਤੀ ਹੈ, ਉਹ ਹਾਈ ਕੋਰਟ 'ਚ ਅਸੀਂ ਕੇਸ ਪਾਇਆ ਹੋਇਆ ਸੀ, ਹਾਈ ਕੋਰਟ ਨੇ ਟਰੱਸਟ ਨੂੰ ਲੀਗਲ ਕਰਾਰ ਦੇ ਤਾ, ਜਦ ਉਹ ਲੀਗਲੀ ਟਰੱਸਟ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਮੇਰਾ ਕੇਸ ਹੀ ਕੁਝ ਨਹੀਂ ਸੀ ਰਹਿੰਦਾ, ਉਸ ਤੋਂ ਬਾਅਦ ਮੇਰੀ ਇਹਨਾਂ ਨੇ ਇਨਕੁਆਇਰੀ ਨਹੀਂ ਕੀਤੀ, ਮੈਂ ਹਾਈ ਕੋਰਟ ਦਾ ਆਰਡਰ ਲੈ ਕੇ ਉਹਨਾਂ ਨੂੰ ਫੜਾਤਾ ਵੀ ਆ ਲਓ ਜੀ ਹਾਈ ਕੋਰਟ ਦਾ ਆਰਡਰ ਲੈ ਲਓ। ਸਰਨਾ ਸਾਹਿਬ ਤੁਸੀਂ ਬਾਹਰ ਜਾਂਦੇ ਰਹੇ ਹੋ, 15 ਦਿਨ ਵੀ ਪਹਿਲਾਂ ਹੋ ਗਏ ਹੋ, ਜਿਹੜੀਆਂ ਹੁਣ ਵੀ ਕਲੀਅਰੈਂਸ ਲਈਆਂ ਹੋਣਗੀਆਂ ਕਿ ਇੰਨਾ ਵੱਡਾ ਜੱਥਾ 1277 ਜਿਹੜੇ ਬੰਦਿਆਂ ਨੂੰ ਨਾਲ ਲੈ ਕੇ ਜਾ ਰਹੇ ਸੀ ਨਗਰ ਕੀਰਤਨ ਦੇ, ਤੁਹਾਨੂੰ ਭੇਜੇ, ਤੁਹਾਨੂੰ ਲੱਗਦਾ ਨਹੀਂ ਕਿ ਤੁਹਾਨੂੰ ਉਦੋਂ ਰੋਕ ਦੇਣਾ ਚਾਹੀਦਾ? ਤਾਂ ਵੱਡੀ ਗੱਲ ਹੈ, ਸਾਡੇ ਅਸੀਂ ਚਾਹਦੇ ਲਿਸਟਾਂ ਭੇਜੀਆਂ ਸਾਰੀਆਂ ਸਰਕਾਰ ਕੋਲ ਗਈਆਂ, ਮੇਰਾ ਤਾਂ ਵੀਜ਼ਾ ਲੱਗਾ ਹੋਇਆ ਸੀ, ਮੈਨੂੰ ਤਾਂ ਕੋਈ ਲੋੜ ਨਹੀਂ ਸੀ, ਪਰ ਉਸ ਵਕਤ ਇੰਟੈਲੀਜੈਂਸੀ 'ਚ ਕਹਿੰਦੇ ਨੇ ਵੀ ਸਰਨਾ ਸਾਹਿਬ ਤੁਸੀਂ ਨਾ ਜਾਣਾ, ਅਸੀਂ ਤੁਹਾਨੂੰ ਜਾਣ ਨਹੀਂ ਦੇਣਾ, ਕੋਈ ਗੱਲ ਨਹੀਂ। ਸਿਰਫ ਇਸ ਕਰਕੇ ਤੁਹਾਨੂੰ ਕੀ ਲੱਗਦਾ ਸਰਨਾ ਸਾਹਿਬ ਅਕਾਲੀ ਦਲ ਕਿਉਂ ਕਰ ਰਿਹਾ, ਪਰਮਜੀਤ ਸਿੰਘ ਸਰਨਾ ਨਾਲ ਕਿਉਂ ਕਰ ਰਿਹਾ, ਇੱਕ ਸੰਗਤ ਦਾ ਕੰਮ? ਜਿਹੜਾ ਸੰਗਤ ਦਾ ਸੁਨਾਮੀ ਲਹਿਰ ਆਈ ਹੈ ਇਹਨਾਂ 4 ਦਿਨਾਂ ਦੇ ਵਿੱਚ, ਉਸ ਤੋਂ ਬਾਦਲ ਦਲ ਘਬਰਾ ਗਿਆ, ਉਸ ਤੋਂ ਸ਼ਾਇਦ BJP ਵੀ ਘਬਰਾ ਗਈ ਹੈ ਵੀ ਜਿਹੜੀ 2022 'ਚ ਅਸੀਂ ਸੋਚੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਰਾਜ ਕਰਾਂਗੇ, ਉਹਨਾਂ ਦਾ ਹੁਣ ਤਾਂ ਭੋਗ ਪੈ ਗਿਆ, ਜੇ ਅੱਜ ਬੱਸ ਚਲੀ ਜਾਂਦੀ ਇਹ ਸਾਨੂੰ ਨਾ ਰੋਕਦੇ ਫਿਰ ਗੱਲ ਹੋਰ ਹੋਣੀ ਸੀ, ਨਾ ਫਿਨਿਸ਼ ਜਿਹੜਾ ਉਹਨਾਂ ਦਾ ਸੁਪਨਾ ਹੈਗਾ 2022 ਦਾ ਉਹ ਖਤਮ ਹੋ ਗਿਆ। ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ABP ਸਾਂਝਾ ਤੇ ਜਾ ਕੇ ਬੈਲ ਆਈਕਨ ਦਬਾਓ ਤੇ ABP ਸਾਂਝਾ ਨੂੰ ਸਬਸਕ੍ਰਾਈਬ ਕਰੋ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਤੁਹਾਡੇ ਆਪਣੇ ਭਰੋਸੇਯੋਗ ਚੈਨਲ ABP ਸਾਂਝਾ ਤੇ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂਨ।